ਇਨ ਡਿਸੰਬਰ ਡਿਸੰਬਰ ਹੁਣ ਵੇਟ 2 ਕਿ ਮਹੀਨੇ ਦਾ 40 ਕੇਜੀਸ ਘਟ ਗਿਆ ਨਾ ਜੀ ਤੇ ਹੁਣ ਹੈ ਕਿੰਨਾ 106 ਆਇਆ ਸਰ ਹਾਂ ਸੋ 8 ਮੰਥਸ ਤੱਕ ਵੇਅਰ ਹੋ ਗਿਆ ਨਾ ਇੱਕ ਚੱਲਦਾ ਪਿਆ ਯਾ ਹੁਣ ਬਟ ਸਰ ਆਮ ਨਾਟ ਫੋਲੋਇੰਗ ਐਨੀਥਿੰਗ ਰਾਈਟ ਨਾਓ ਆਮ ਟੋਟਲ ਆਊਟ ਆਫ ਯੂ ਨੋ ਦ ਥਿੰਗ ਹਾਂ ਹਾਂ ਲੈ ਤੁਸੀਂ ਜ਼ਿਆਦਾ ਭਜਾਤਾ ਸਰ I'm running and running running so, and running. So now you are in a running mode, eh? Full running. You don't want to take rest. But earlier you were not sir, that much. Sir, I was in Villa. Okay, first I didn't work. First I was just sitting in Ludhiana, Ludhiana. The other side has been working. Okay, so you think that physically fit feel? Very much, sir. Very much, but schedule is very hectic. But don't take it lightly. You are 40 kilos down. See, this is all simple mathematics. Yes, sir. 40 kgs of flesh is out of your body. Out of your body. So there is no reason why your hemoglobin, calcium and iron will not go down. So you have to either take a very rich diet, which should be all non-vegetarian. Total non-vegetarian, sir. Okay. Total non-vegetarian. Then that's fine. But still you should take at least one tablet of multivitamin every day as a supplement. We cannot replace the diet with these tablets. But as a supplement, you know, little bit we should pay respect and honor to the internal system which we have changed according to our own wish so that we don't want to absorb too much. So, ਉਹਦੇ ਲਈ ਇੱਕ ਟੈਬਲੇਟ ਤੁਸੀਂ ਜੇ ਸੋਚੋ ਤੁਹਾਡੇ ਮਾਈਂਡ 'ਚ ਕੋਈ ਫਿਗਰ ਆ ਮੈਂ ਇੰਨਾ ਲੈ ਕੇ ਆਉਣਾ ਵੇਟ ਯੂ ਕੈਨ ਰੀਚ ਦੈਟ ਪੁਆਇੰਟ ਬਟ ਫੋਰ ਦੈਟ ਯੂ ਹੈਵ ਟੂ ਰਨ 20 ਮਿੰਟਸ ਐਵਰੀ ਡੇ ਸਰ ਬਟ ਆਈ ਐਮ ਡੂਇੰਗ ਬ੍ਰਿਸਟ ਵਾਕਿੰਗ Because I don't get it should machines. Be almost like running. Yeah. So it's almost like 6-7 kilometers a day. Yeah, that's then you're good. Okay, baki sugars should be essentially zero. Am ta inch khane ki apna break nahi lagdi am de da ek. Do am khanna main ek din de vich. Raati roti nahi khanda. That's not a problem. Because je tusi do rotiyan kha rahe ho versus do amb kha rahe ho that's much better. Sir roti ta main mainu roti nal na allergy hai. Good good. Kyunki rotiyan carbohydrates hai. ਤੋ ਜੇ ਆਪਾਂ ਕਹਿ ਦਈਏ ਜੀ ਕੋਈ ਪਰੌਂਠਾ ਖਾ ਲਿਆ ਦੋ ਰੋਟੀਆਂ ਖਾ ਲਈਆਂ ਦੁਪਹਿਰੇ ਇੱਕ ਰਾਤ ਨੂੰ ਖਾ ਲਈ ਉਹਦੇ ਨਾਲੋਂ ਚੰਗਾ 4 ਅੰਬ ਖਾ ਲਓ ਦਿਨ 'ਚ ਬਾਕੀ ਤੁਸੀਂ ਖਾਓ ਚਿਕਨ ਚਿਕਨ ਇਜ਼ ਲਾਈਕ ਸਰ ਮਾਈ ਡੇਲੀ ਡਾਈਟ ਓਨਲੀ ਟਿਊਜ਼ਡੇ ਆਈ ਲੀਵ ਦਹੀਂ ਜ਼ਰੂਰ ਟਿਊਜ਼ਡੇ ਫਿਰ ਦਹੀਂ ਲੱਸੀ ਕਰਦਾ ਕਰੋ ਠੀਕ ਹੈ ਸਰ 1 ਲੀਟਰ ਆਫ ਮਿਲਕ ਪ੍ਰੋਡਕਟ ਕਿਉਂਕਿ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਲਈ ਫਿਰ ਮਿਲਕ ਪ੍ਰੋਡਕਟ ਵੀ ਇਕੁਅਲੀ ਗੁੱਡ ਹੈ ਬਾਕੀ ਹੋਰ ਜਿਹੜੀਆਂ ਪ੍ਰੋਟੀਨ ਵਾਲੀਆਂ ਚੀਜ਼ਾਂ ਨੇ ਪ੍ਰੋਟੀਨ ਤੁਹਾਨੂੰ ਪਤਾ ਚਾਹੀਦਾ ਸਰ ਬ੍ਰੋਕਲੀ ਵਗੈਰਾ ਉਹ ਤਾਂ ਮੈਂ ਖਾਂਦਾ ਰਹਿੰਦਾ ਉਹ ਤਾਂ ਜਿੱਥੇ ਮਿਲ ਜਾਂਦੇ ਸੋਇਆਬੀਨ ਬਲੈਕ ਹੈਡ ਜਿਹੜੀ ਰੋਂਗੀ ਆ ਇਹ ਬਹੁਤ ਵਧੀਆ ਆ ਬੋਇਲਡ ਜਾਂ ਜਿਹੜੀਆਂ ਸਟੀਮਡ ਵੈਜੀਟੇਬਲਸ ਆ ਨਾ ਇਹ ਖਾਇਆ ਕਰੋ ਕਿਉਂਕਿ ਹੈਲਦੀ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੈਸੇ ਹੋਰ ਕੋਈ ਲਿਕੁਇਡ ਹੋਰ ਕੀ ਵੀ ਨਹੀਂ ਸਰ ਮੈਂ ਜ਼ਿਆਦਾ ਤੋਂ ਜ਼ਿਆਦਾ ਇੱਕ ਕੈਨ ਜਿਹੜਾ ਹੁੰਦਾ ਹੈਗਾ ਸਪਰਾਈਟ ਦਾ ਲੈ ਲੈਣਾ ਕਰੇ ਯੂ ਕੈਨ ਸੀ ਇਨ ਵੀਕ ਆਈ ਟੇਕ ਥ੍ਰਾਈਸ ਨਾਟ ਅ ਗੁੱਡ ਹੈਬਿਟ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਉਹਦੇ ਨਾਲ ਤੁਸੀਂ ਲੱਸੀ ਪੀਓ ਕੋਈ ਸੂਪ ਲੈ ਲਓ ਡੋਂਟ ਥਿੰਕ ਦੈਟ ਇਟਸ ਲਾਈਕ ਅ ਲੌਕ ਦਿਸ ਸਰਜਰੀ ਇਜ਼ ਨਾਟ ਅ ਲੌਕ ਇਟਸ ਜਸਟ ਅ ਕੰਟਰੋਲ ਤਾਂ ਜਿਹੜੀਆਂ ਚੀਜ਼ਾਂ ਜਿੱਦਾਂ ਹੁਣ ਕੰਟਰੋਲ ਇਹਨੇ ਕੀ ਕਰਨਾ ਇੱਕ ਤਾਂ ਵੋਲਿਊਮ ਆ ਯੂ ਕੈਨੋਟ ਈਟ ਟੂ ਮੱਚ ਜੇ ਕਦੇ ਮਨ ਬਣਦਾ ਵੀ ਆ ਭਟੂਰੇ ਖਾਣੇ ਆ ਕਿੰਨੇ ਖਾ ਲਓਗੇ ਸਰ ਜੇ ਕੇਲਾ ਖਾਣਾ ਇੱਕ ਪੂਰਾ ਖਾ ਸਕਦੇ ਹੋ ਆਰਾਮ ਨਾਲ ਡੇਢ ਕਿੱਲਾ ਖਾ ਡੇਢ ਕਿੱਲਾ ਖਾ ਜਾਂਦੇ ਉਹਦੇ ਕਰਕੇ ਤੁਸੀਂ ਦੋ ਰੋਟੀਆਂ ਤੱਕ ਈਜ਼ੀਲੀ ਕਪੈਸਿਟੀ ਆ ਜਾਂਦੀ ਆ ਪਰ ਪੰਜ ਪੰਜ ਨਹੀਂ ਖਾ ਹੋਣੇ ਠੀਕ ਹੈ ਉਹ ਤੁਹਾਨੂੰ ਬ੍ਰੇਕ ਲੱਗੇਗੀ ਜਨਰਲੀ ਸਪੀਕਿੰਗ ਇਹਦੇ 'ਚ ਤੁਸੀਂ ਦੇਖ ਰਹੇ ਬਹੁਤਾ ਜ਼ਿਆਦਾ ਫੈਲਦਾ ਨਹੀਂ ਕਿਉਂਕਿ ਇਹਦੀ ਜਿਹੜੀ ਆਊਟਲੈਟ ਵਾਈਡ ਆ ਸੋ ਲੂਜ਼ ਆ ਆਲਰੇਡੀ ਲੂਜ਼ ਆ ਈਜ਼ੀਲੀ ਫੂਡ ਨੀਚੇ ਚਲੇ ਜਾਂਦਾ ਤਾਂ ਹੀ ਵੋਮਿਟ ਵਗੈਰਾ ਨਹੀਂ ਆਉਂਦੀ ਨੌਜ਼ੀਆ ਨਹੀਂ ਹੁੰਦਾ ਕੋਈ ਹੁੰਦਾ ਤਾਂ ਨਹੀਂ ਕੋਈ ਤੁਹਾਨੂੰ ਨੌਜ਼ੀਆ ਵੋਮਿਟ ਪੁਰਾਣਾ ਇਹ ਕਨਸੈਪਟ ਹੁੰਦੇ ਸੀ ਬੈਰੀਟ੍ਰਿਕ ਸਰਜਰੀ ਦੇ ਉਹਦੇ 'ਚ ਤਾਂ ਡੇਲੀ 4-5 ਵਾਰ ਨੌਜ਼ੀਆ ਵੋਮਿਟਿੰਗ ਵਾਜ਼ ਲਾਈਕ ਬਾਊਂਡ ਟੂ ਹੈਪਨ